कदे किसान चल रहे संघर्ष में मर रहा है तो कदे कर्ज के बोझ हेठ दब के मर रहा है। संगरूर के पिंड लोहा खेड़ा विच किसान ने कर तो परेशान होकर जहरीली चीज निगल के आत्महत्या कर ली। इस मौके पर किसान की पत्नी ने भी जहर पी के अपनी जान दे दी। सूत्रों का कहना है कि किसान ते 20 लाख के करीब बैंक अते आड़तियां दा कर्जा सी। कर्ज दा कारण सी की कर्जा सी की जदा सी लैंटां दी कुछ कुछ पानी दा सी। अच्छा किन्ने के पैसे सी कर्ज दे? 20-25 लाख जी। अच्छा ਕਿਵੇਂ ਚੜਿਆ ਸੀ ਕਰਜ਼ਾ ਇਹ? ਕਰਜ਼ਾ ਤਾਂ ਜੀ ਪਿਛਲੇ ਸਾਲ ਗੁੱਡੀ ਦਾ ਵਿਆਹ ਕਰੇਗਾ ਕੁਛ ਮਕਾਨ ਪਾਉਣ ਕਾਰਨ। ਅੱਛਾ ਕੀ ਟੈਨਸ਼ਨ ਰਹਿੰਦੀ ਸੀਗੀ? ਟੈਨਸ਼ਨ ਨਹੀਂ, ਕੁਛ ਬਿਮਾਰ ਰਹਿੰਦੀ ਸੀ। ਅੱਛਾ ਕੀ ਕਹਿੰਦੇ ਹੁੰਦੇ ਸੀਗੇ? ਕਹਿੰਦੇ ਤਾਂ ਬਸ ਜੀ ਟੈਨਸ਼ਨ ਵਾਲੀ ਕਰਦੇ ਸੀਗੇ ਕਰਜ਼ੇ ਦੀ। ਹੁਣ ਕੀਲਾ ਵਾਹਣ ਦਾ ਵਿੱਚ ਸੀ। ਅੱਛਾ ਉਹਦਾ ਕਰਕੇ ਬਾਹਲਾ ਤੰਗ ਰਹੇ ਸੀਗੇ। ਅੱਛਾ ਘਰੇ ਉਦੋਂ ਕੌਣ ਕੌਣ ਸੀਗਾ? ਘਰ ਤਾਂ ਦੋਨੇ ਸੀ ਜੀ, ਮੈਂ ਕਣਕ ਵੀ ਆਉਂਦਾ ਸੀ ਖੇਤ। ਅੱਛਾ ਤਾਤਾ ਜੀ ਕੀ ਖਾ ਲਿਆ ਉਹਨਾਂ ਨੇ? ਪਤਾ ਨਹੀਂ ਜੀ, ਮਗਰ ਸ਼ੀਸ਼ੀ ਤਾਂ ਹੀ ਹੈਗੀ। ਅੱਛਾ ਕਣਕ ਵਾਲੀਆਂ ਗੋਲੀਆਂ ਕਹਿੰਦੇ ਨੇ। ਅੱਛਾ ਕਿੰਨੇ ਭੈਣ ਭਾਈ ਹੋ ਤੁਸੀਂ? ਦੋਵਾਂ ਜੀ। ਸਿਸਟਰ ਮੈਰਿਡ ਹੈ? ਹਾਂ ਜੀ ਹਾਂ। ਅੱਛਾ ਦੋਨਾਂ ਨੇ ਇਕੱਠੇ ਨਹੀਂ ਖਾਂਦੇ ਸੀਗੇ? ਪਤਾ ਨਹੀਂ ਜੀ, ਮਤਲਬ ਟਿੱਕੇ ਪਏ ਸੀ ਇਕੱਠੇ ਨਹੀਂ ਖਾਂਦੇ ਜਾਂ ਪਤਾ ਨਹੀਂ। ਜਰਨੈਲ ਸਿੰਘ ਹੈ ਜੀ। ਜਰਨੈਲ ਤੁਹਾਡੀ ਕੀ ਲੱਗਦੀ ਸੀ? ਜਰਨੈਲ ਭਰਾ ਦੇ ਜੀ ਸਾਡੇ। ਕਦੋਂ ਦੀ ਕੀ ਗੱਲ ਹੈ ਜੀ, ਪੂਰਾ ਦੱਸੋ ਕਿਵੇਂ? ਇਹ ਜੀ ਅਸੀਂ ਖੇਤ ਕਣਕ ਬੀਜਦੇ ਤੇ ਸਾਡੇ ਕੋਲ ਬੱਚਾ ਗਿਆ ਇੱਥੋਂ। ਉਹਨੇ ਸਾਨੂੰ ਦੱਸਿਆ ਵੀ ਮੇਰਾ ਪਾਪਾ ਘਰੇ ਡਿੱਗਿਆ ਪਿਆ ਮੰਮੀ ਨਾਲੇ। ਫਿਰ ਉੱਥੋਂ ਅਸੀਂ ਆਏ ਖੇਤੋਂ, ਫਿਰ ਆ ਕੇ ਦੇਖ ਕੇ ਮੈਂ ਪਿੰਡੋਂ ਮੁੰਡੇ ਬੁਲਾ ਕੇ ਲਿਆਇਆ ਅਤੇ ਫਿਰ ਗੱਡੀ ਇਹ ਲਿਆ ਕੇ ਅਸੀਂ ਚੱਕ ਲਗੇ ਜੀ ਉਹਨਾਂ ਨੂੰ। ਅੱਛਾ ਹਾਂਜੀ, ਆਹ ਮੁੰਡੇ ਬੈਠੇ ਨੇ ਗੇ, ਉਹ ਖੜੇ ਨੇ ਗੇ। ਸਿਰਦੇ ਪਰਿਵਾਰ ਦੇ ਕਿੰਨੇ ਮੈਂਬਰ ਨੇ ਜੀ ਟੋਟਲ? ਇਹ ਕਿੰਨੇ? ਇਹ 3 ਹੀ ਮੈਂਬਰ ਤੇ ਜੀ ਘਰੇ। ਇਹ ਮੁੰਡਾ ਪਿੰਡ 'ਚ ਗਿਆ ਹੋਇਆ ਸੀਗਾ ਅਤੇ ਦੋਨੇ ਜੀ ਘਰੇ ਤੇ ਜੀ। ਜਿਹੜਾ ਸਿਰ 'ਤੇ ਕਰਜ਼ਾ ਚੜਿਆ ਸੀ ਉਹ ਕਿਸ ਕਾਰਨ 'ਚ? ਉਹਦਾ ਜੀ ਕੁਛ ਤਾਂ ਜਗ੍ਹਾ ਜੁਗਾ ਬਣਾਈ ਹੈਗੀ ਇਹਨਾਂ ਨੇ। ਅੱਛਾ ਜੀ। ਉਸ ਗੁੱਡੀ ਦਾ ਵਿਆਹ ਕਰਿਆ ਸੀ ਪਿੱਛੇ? ਕਦੋਂ ਕੀਤਾ ਸੀ? ਪਿਛਲੇ ਸਾਲ ਜੀ 5 ਮੱਘਾਂ ਸੀਗਾ ਜੀ ਉਦੋਂ। ਅੱਛਾ ਜ਼ਮੀਨ ਵੀ ਵੇਚੀ? ਹਾਂ ਜੀ ਹਾਂ। ਕਿਵੇਂ ਸੁਸਾਈਡ ਵੀ ਕੀ ਪੀ ਲਿਆ ਇਹਨਾਂ ਨੇ, ਕੀ ਕਰ ਲਿਆ? ਗੋਲੀਆਂ ਵਾਲੀ ਸੀ ਸਿੱਧੀ ਜੀ ਸਾਨੂੰ ਕੋਲੋਂ ਘਰੋਂ। ਅੱਛਾ ਜੀ। ਹਾਂ ਜੀ। ਕਦੇ ਗੱਲ ਕਰਦੇ ਹੁੰਦੇ ਸੀ ਵੀ ਮੇਰੇ 'ਤੇ ਕਰਜ਼ਾ ਜਾਂ ਟੈਨਸ਼ਨ? ਨਹੀਂ ਜੀ ਨਹੀਂ, ਫਿਰ ਤਾਂ ਗੱਲ ਦਾ ਹੱਲ ਹੋ ਨਿਕਲ ਆਉਂਦਾ ਜੇ ਕੋਈ ਪਤਾ ਹੁੰਦਾ ਸਾਨੂੰ। ਅੱਛਾ। ਜੇ ਕੋਈ ਗੱਲ ਹੋ ਜਾਂਦੀ ਕਿਸੇ ਕੋਲ ਫਿਰ ਤਾਂ ਹੱਲ ਹੀ ਨਿਕਲ ਆਉਂਦਾ ਜੀ। ਅੱਛਾ ਕਿੰਨਾ ਕੁ ਕਰਜ਼ਾ ਸੀ ਜੀ? ਕਰਜ਼ਾ ਤਾਂ ਜੀ ਕਹਿੰਦੇ ਨੇ 20-22 ਲੱਖ ਰੁਪਈਆ ਕਹਿਣਾ ਉਹਨਾਂ ਦੀਗਾ ਜੀ ਉਹ। ਅੱਛਾ ਜੀ। ਹਾਂ ਜੀ। ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜਿਸ ਤਰ੍ਹਾਂ ਕਰਜ਼ਾ ਕਿਸਾਨ ਸੁਸਾਈਡ ਕਰਦੇ ਨੇ ਜੀ? ਉਹ ਜੀ ਹੁਣ ਉਹਨਾਂ ਦੀ ਖੁਸ਼ੀ ਹੈ ਜੀ ਜੇ ਕਰਦੇ ਨੇ ਕੁਛ ਨਾ ਕੁਛ। ਅੱਛਾ ਜੀ। ਹੁਣ ਘਰ ਦੇ ਵਿੱਚ ਕੌਣ ਕੌਣ ਰਹੇਗਾ ਜੀ? ਮੁੰਡਾ ਰਹੇਗਾ? ਇਕੱਲਾ ਮੁੰਡਾ ਹੀ ਹੈ ਜੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੋਹਾ ਖੇੜਾ ਵਿੱਚ ਪਤੀ ਪਤਨੀ ਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ, ਜਿਸ ਕਰਕੇ ਉਹਨਾਂ ਨੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਿਹੜਾ ਸੁਸਾਈਡ ਕੀਤਾ ਕਿਹੜੇ ਪਿੰਡ ਦੇ ਵਿੱਚ ਕੀਤਾ, ਕਿਉਂ ਕੀਤਾ ਜੀ? ਪਿੰਡ ਲੋਹਾ ਖੇੜਾ ਵਿਖੇ ਮਿਤੀ 13 ਦੇ ਟਾਊਨ ਦੀ ਦਿਵਾਲੀ ਰਾਤ ਨੂੰ ਜਗਵੀਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਉਹਦੀ ਵਾਈਫ ਮਨਜੀਤ ਕੌਰ, ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਮਕਾਨ ਬਣਾਇਆ ਸੀ ਅਤੇ ਬਾਅਦ ਵਿੱਚ ਕਪਲ ਲੜਕੀ ਮੈਰਿਜ ਵੀ ਕੀਤੀ ਸੀ, ਜਿਸ ਨਾਲ ਉਹਨਾਂ ਦੇ ਕਾਫੀ ਕਰਜ਼ੇ ਦਾ ਬੋਝ ਪੈ ਗਿਆ ਸੀ ਅਤੇ ਕਰਜ਼ੇ ਬੋਝ ਕਰਕੇ ਉਹ ਪਰੇਸ਼ਾਨ ਰਹਿੰਦੇ ਸੀ। ਉਸ ਰਾਤ ਨੂੰ ਉਹ ਸਰਪਾ ਸਕਦੇ ਦੋਨੋਂ ਨੇ ਸੁਸਾਈਡ ਕਰ ਲਈ, ਜਿਨ੍ਹਾਂ 2 ਬੱਚੇ ਸੀ, ਲੜਕੀ ਵੱਡੀ ਵਿਆਹੀ ਸੀ ਅਤੇ ਲੜਕਾ 20 ਸਾਲ ਕੁਆਰਾ। ਪਰਿਵਾਰ ਦੇ ਦੱਸਣ ਅਨੁਸਾਰ ਬੰਦੀ ਕਰ ਲਈ 75 ਸੀਆਰਪੀਐਫ ਜਾਂਦੀ ਗਈ ਹੈ। ਉਹ ਕੋਈ ਉਹਨਾਂ ਨੂੰ ਕੋਈ ਸ਼ਿਕਾਇਤ ਕਰਦੀ ਸੀਗੀ ਕਿਉਂਕਿ ਉਹ ਆਲਰੇਡੀ ਕਰਜ਼ੇ ਸਭ ਤੋਂ ਸੋਝੀ ਪੈਸਾ ਰਹਿੰਦੀ ਸੀ। ਕਿੰਨੀ ਕੁ ਜ਼ਮੀਨ ਵਗੈਰਾ? ਇਹਨਾਂ ਕੋਲ ਜ਼ਮੀਨ 2 ਕਿੱਲੇ ਸੀ, ਜਿਹਦੇ ਵਿੱਚੋਂ ਪਿੰਡਾਂ ਦੇ ਦੱਸਣ ਮੁਤਾਬਕ 1 ਕਿੱਲੇ ਦੀ ਜ਼ਮੀਨ ਵਿਕ ਚੁੱਕੀ ਸੀ।